यहाँ पर पुलिस पहुँच चुकी है और लोग आप मुझे लाइव देख रहे हैं। और मैं ये चित्र इसलिए ज़्यादा नहीं दिखा सकते क्योंकि फेसबुक की कम्युनिटी गाइडलाइन हमें इस बात की इजाज़त नहीं देती है। लोगों से बातचीत करेंगे। डीएसपी राहुल भारद्वाज यहाँ पर पहुँच चुके हैं। सप्पावली का ये चौराहा है। डीएसपी राहुल भारद्वाज और यहाँ लोगों की भीड़, लोगों से बातचीत भी कर रही है। मेरी फेसबुक की लाइन मार दो, मैंने नया हो जाता। हाँ हाँ, थोड़ी मोटी चाहते हैं। परिवार कौन है? कैप्शन है ये मेरे। कैप्शन लाओ। एक मिनट। दोस्तों, बार बार निवेदन कि मैं उन चित्रों को नहीं दिखाऊंगा, ज़्यादा नहीं बोल पाऊंगा इस बारे में, क्योंकि फेसबुक कम्युनिटी गाइडलाइन जो है वो हमें इस बात की जांच नहीं देता कि हम उनको दिखाएं। लेकिन मैं आपको माहौल दिखा रहा हूं। सत श्री अकाल सुखदेव जी। सिटी वन SHO बलजीत सिंह भी पहुंच गए, तो शेयर करके उनको भी कर लें। डीएसपी राहुल भारद्वाज, वो ना दिखाई ज्यादा डिलीट हो जाएगा। और ये बीच चौराहे हुआ, ऐसा गांव के लोग यहाँ पहुंचे हुए हैं। बहुत ज़्यादा भीड़। ज़्यादा कुछ बोल नहीं पाएंगे क्योंकि हम लोगों को इस बारे में ज़्यादा जानकारी नहीं है और अभी पुलिस यहाँ पर पहुँची है अपनी जांच करने के लिए। सप्पा वाली से लाइव। भारी संख्या में यहां पर पुलिस बल पहुंच चुका है। तुसी कौन है? अच्छा, की गल की हुई है?
ਗੱਲ ਹੋਈ ਨਾਲ ਬਸ ਇਹਨਾਂ ਦੀ ਕੋਈ ਕਲਾਸਮੇਟ ਤੇ ਲਾਇਬ੍ਰੇਰੀ ਚੱਲਦੀ ਪਈ ਸੀ ਠੀਕ ਹੈ ਤੇ ਹੁਣ ਇਹਨਾਂ ਨੇ ਅੱਜ ਕੇ ਸੀ ਵਿਆਹ ਕਰਾ ਲਿਆ ਸੀ ਤੇ ਇਹਨਾਂ ਨੂੰ 5-7 ਦਿਨ ਹੋ ਗਏ ਸਰ ਜਿਹੜੇ ਕੁੜੀ ਵਾਲੇ ਆ 5-7 ਦਿਨ ਹੋ ਗਏ ਇਹਨਾਂ ਨੂੰ ਮਗਰ ਫਿਰਦੇ ਨੂੰ ਇਹਦੇ ਨਾਲ ਲੱਭ ਲਿਆ ਤਾਂ ਉੱਥੋਂ ਮਾਰ ਕੇ ਲੈ ਕੇ ਆਏ ਅੱਛਾ ਇੱਥੇ ਸੁੱਟੇ ਮਾਰ ਕੇ ਹਾਂਜੀ ਅਤੇ ਇੱਥੇ ਆ ਕੁੜੀ ਵਾਲੇ ਜਣੇ ਖੜੇ ਨੂੰ ਫੜ ਲੈਂਦੇ ਸੀਗੇ ਕੁੱਟਣ ਦੇ ਮਾਰੇ ਵੀ ਤੂੰ ਵੀ ਨਾਲ ਸੀਗਾ ਤੂੰ ਵੀ ਨਾਲ ਸੀਗਾ ਇਹਨਾਂ ਨੇ ਦੋ ਮੁੰਡੇ ਕੁਟਾਏ ਵੀ ਇੱਥੇ ਪਿੰਡ ਦੇ ਜੇ ਮਤਲਬ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਸਾਨੂੰ ਨਿਆਂ ਚਾਹੀਦਾ ਜੀ ਪ੍ਰਸ਼ਾਸਨ ਤੋਂ ਮੰਗ ਕੀ ਸਾਨੂੰ ਨਿਆਂ ਚਾਹੀਦਾ ਕੀ ਨਾਂ ਸੀ ਪ੍ਰਾਰਥਨਾ ਕੀ ਸੀਗਾ ਰਤਾਸ਼ ਕੁਮਾਰ ਜੀ ਸਾਨੂੰ ਭਗਤ ਸਿੰਘ ਭਗਤ ਸਿੰਘ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਲੇਖਰਾਜ ਸਾਨੂੰ ਸ਼੍ਰੀ ਰਤਨ ਲਾਲ ਠੀਕ ਹੈ ਫਿਰ ਚਾਚੇ ਤਾਂ ਇਹਦਾ ਮੁੰਡਾ ਚਾਚੇ ਦਾ ਮੁੰਡਾ ਜੀ ਸਗੇ ਚਾਚੇ ਦਾ ਮੁੰਡਾ ਅੱਛਾ ਪਿੰਡ ਸੱਪਾਂ ਵਾਲੀ ਹੈ ਹਾਂਜੀ ਤੇ ਕੁੜੀ ਕਿੱਥੋਂ ਦੀ ਸੀ ਇੱਥੋਂ ਦੀ ਰਹਿਣ ਵਾਲੀ ਕਲਾਸਮੇਟ ਹੈ ਦੋਵੇਂ ਅੱਛਾ ਦੋਵੇਂ ਕਲਾਸਮੇਟ ਇੱਥੇ ਪੜ੍ਹਦੇ ਰਹੇ ਆ ਸਰਕਾਰੀ ਸਕੂਲ ਕਿ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਚ ਠੀਕ ਹੈ ਤੇ ਹੁਣ ਕਈ ਦਿਨ ਇਹਨੂੰ ਕਾਫੀ ਸਾਲ ਹੋ ਗਏ ਸਕੂਲ ਛੱਡਿਆ ਨੂੰ ਅੱਛਾ ਸਕੂਲ ਛੱਡਿਆ ਨੂੰ ਬਹੁਤ ਸਾਲ ਹੋ ਗਏ ਨਾਲ ਇਹਨਾਂ ਦਾ ਲਵ 10 ਸਾਲ ਪੁਰਾਣਾ ਚੱਲੀ ਜਾਂਦਾ ਸਰ ਤੇ ਉਦੋਂ ਇਹਨਾਂ ਨੂੰ ਕੋਈ ਵਿਖਿਆ ਨਹੀਂ ਗਾ ਹੁਣ ਇਹ ਆ ਕੇ ਤੇ ਕਲਾਸਮੇਟ ਸੀ ਕਾਫੀ ਸਾਲ ਪਹਿਲਾਂ ਸਕੂਲ ਚ ਕਈ 4-5 ਦਿਨ ਪਹਿਲਾਂ ਕਰਾਇਆ ਜੀ ਪਤਾ ਲੱਗ ਗਿਆ ਕਿਸੇ ਕੋਲੋਂ ਰੌਂਤਾ ਪਿੰਡ ਰੌਂਤਾ ਹਾਂਜੀ ਬਾਗਾ ਪੁਰਾਣਾ ਕੋਲ ਰੌਂਤਾ ਪਿੰਡ ਹੈ ਜੀ ਸਾਡੇ ਪਿੰਡ ਦੀ ਦੁਕਾਨਾਂ 11 ਵਜੇ ਤੱਕ ਨੀ ਬੰਦ ਹੁੰਦੀਆਂ ਤੇ ਅੱਜ ਇਹਨਾਂ ਦੁਪਹਿਰੀ ਬੰਦ ਕਰਤੀਆਂ ਵੀ ਦੱਸਣਾ ਨਾ ਪੈ ਜੇ ਇਹਨਾਂ ਨੂੰ ਇੱਕ ਵੀ ਬੰਦਾ ਬਾਹਰ ਨੀ ਆਈ ਜਾਂਦਾ ਅੱਜ ਜੇ ਸਾਨੂੰ ਨਿਆਂ ਨਾ ਮਿਲਿਆ ਇਹ ਦੁਕਾਨਾਂ ਨੀ ਖੁੱਲਦੀਆਂ ਇਹ ਚੈਲੰਜ ਹੈ ਸਾਡਾ ਦੁਕਾਨਾਂ ਨਿਕਲਦੀਆਂ ਜੀ ਜੇ ਇਹ ਸਾਨੂੰ ਨਿਆਂ ਨਾ ਮਿਲਿਆ ਇਸ ਗੱਲ ਦਾ ਅੱਛਾ ਕੋਈ ਕੈਮਰੇ ਵਗੈਰਾ ਸਭ ਕੁਝ ਲੱਗਿਆ ਸਭ ਕੁਝ ਲੱਗਿਆ ਜੀ ਉਹ ਵੇਖੋ ਪੂਰਾ ਕੈਮਰਾ ਉਸ ਦੁਕਾਨ ਦਾ ਠੀਕ ਸਰ ਜੀ ਕੈਮਰੇ ਦੀ ਲੋੜ ਹੀ ਨਹੀਂ ਦੁਕਾਨ ਵਾਲਾ ਰਾਤ ਦੇ 11 ਵਜੇ ਦੁਕਾਨ ਬੰਦ ਕਰਦਾ ਹਾਂ ਆ ਦੁਕਾਨਾਂ ਸਾਰੀਆਂ ਖੁੱਲੀਆਂ ਤੁਹਾਨੂੰ ਪਤਾ ਲੱਗਿਆ ਵੀ ਕਿਸ ਚੀਜ਼ ਤੇ ਆਏ ਸੀ ਉਹ ਸੁੱਟ ਕੇ ਗਏ ਜਦੋਂ ਸਰ ਬ੍ਰਦਰ ਨੇ ਦੱਸਿਆ ਵੀ ਕੋਈ ਗੱਡੀ ਸੀਗੀ ਸਵਿਫਟ ਕਾਰ ਹੈਗੀ ਹੈ ਜੀ ਅੱਛਾ ਉਹਦੇ 'ਚ ਆਏ ਸੀ ਉਹਨੇ ਸੁੱਟ ਕੇ ਗਏ ਜੀ ਅੱਛਾ ਮਾਰਿਆ ਉਹਦਾ ਕਾਰਨ ਪਤਾ ਲੱਗਿਆ ਕਿ ਮਾਰੇ ਕੀ ਮਾਰਿਆ ਇਹਨਾਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਸਰ ਮੈਨੂੰ ਲੱਗਦਾ ਗਲ 'ਚ ਗਡਾਸਾ ਗਡੂਸਾ ਮਾਰ ਕੇ ਵੱਡੇ ਜੀ ਅੱਛਾ ਵੱਡਾ ਗਲ 'ਚ ਵੱਡਾ ਆਇਆ ਕਿੰਨੇ ਚਿਰ ਤੋਂ ਘਰੇ ਨਹੀਂ ਸੀ ਹੋ ਗਏ ਸੀ 10 ਕੁ ਦਿਨ ਜੀ ਲਗਭਗ ਦੋਨੇ ਪਿੰਡ ਦੇ ਹੀ ਨੇ ਇਸ ਕਰਕੇ ਹਾਂਜੀ ਪਿੰਡ ਦੇ ਹੀ ਜੀ ਸੱਪਾਂ ਵਾਲੇ ਪਿੰਡ ਦੇ ਠੀਕ ਹੈ ਇਹ ਤੁਸੀਂ ਮ੍ਰਿਤਕ ਦੇ ਭਰਾ ਨੂੰ ਸੁਣਿਆ ਜਿਹਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਲਮਰਜ ਹੋਈ ਸੀ ਅਤੇ ਉਸ ਤੋਂ ਬਾਅਦ ਕਦੋਂ ਇੱਕ ਕਤਲ ਹੋਇਆ ਸਾਰੀ ਜਾਣਕਾਰੀ ਉਹਨਾਂ ਨੇ ਦਿੱਤੀ ਇੱਥੇ 3 ਥਾਣਿਆਂ ਦੀ ਪੁਲਿਸ ਪਹੁੰਚ ਗਈ ਹੈ ਹੁਣੇ ਤੱਕ ਬੋਡੀ ਜਿਹੜੀ ਹੈ ਉਹ ਚੁਰਾਏ ਉੱਪਰ ਪਈ ਹੈ 2:30 ਵਜੇ ਦਾ ਹਾਦਸਾ ਦੱਸ ਰਹੇ ਹੈ ਅਤੇ ਦੋਸਤੋ ਹੈਡਿੰਗ ਉਸ ਤਰ੍ਹਾਂ ਦੀ ਨਹੀਂ ਦੇ ਸਕਦੇ ਸੀ ਕਮਿਊਨਿਟੀ ਗਾਈਡਲਾਈਨ ਹੈ ਦੱਸਦਿਆਂ ਸੱਪਾਂ ਵਾਲੀ ਪਿੰਡ ਦੇ ਲੜਕਾ ਲੜਕੀ ਸੀ ਜਿਨ੍ਹਾਂ ਨੇ ਇੰਟਰਕਾਸਟ ਮੈਰਿਜ ਕਰਵਾਈ ਕੋਰਟ ਦੇ ਵਿੱਚ ਇਹ ਪਿਛਲੇ ਕੁਝ ਦਿਨਾਂ ਤੋਂ ਆਪਣੀ ਬਾਘਾ ਪੁਰਾਣਾ ਦੇ ਕਿਸੇ ਪਿੰਡ ਦੇ ਵਿੱਚ ਆਪਣੀ ਸਿਸਟਰ ਕੋਲ ਰਹਿ ਰਹੇ ਸੀ ਜਿੱਥੋਂ ਕਿ ਕਾਤਲਾਂ ਨੇ ਇਹਨਾਂ ਨੂੰ ਫੜ ਲਿਆ
ਉੱਥੋਂ ਹੀ ਤੇਜ਼ਦਾਰ ਹਥਿਆਰ ਜਿਹੜੇ ਆ ਉਹਨਾਂ ਨੂੰ ਲੈ ਕੇ ਜਿਵੇਂ ਕਿ ਦੱਸਿਆ ਗਿਆ ਉਸ ਅਕੋਰਡਿੰਗ ਇਹਨਾਂ ਦਾ ਕਤਲ ਕੀਤਾ ਗਿਆ ਅਤੇ ਸੱਪਾਂਵਾਲੀ ਦੇ ਚੁਰਾਏ ਵਿੱਚ ਸੁੱਟਿਆ ਗਿਆ। ਡੀ ਐੱਸ ਪੀ ਰਾਹੁਲ ਭਾਰਦਵਾਜ ਨੇ ਤੁਸੀਂ ਦੇਖ ਰਹੇ ਸੀ ਪਹੁੰਚੇ ਮੌਕੇ 'ਤੇ। ਪੂਰਾ ਪਿੰਡ ਇੱਕ ਜਗ੍ਹਾ 'ਤੇ ਇਕੱਠਾ ਹੋ ਗਿਆ ਹੈ। ਸਾਰੀਆਂ ਦੁਕਾਨਾਂ ਇੰਨੀ ਕਿ ਦਹਿਸ਼ਤ ਕਿ ਸਾਰੀਆਂ ਦੁਕਾਨਾਂ ਇਸ ਵਕਤ ਇੱਥੇ ਬੰਦ। ਦੋਸਤੋ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ, ਇਹਨਾਂ ਦੇ ਕਾਤਲ ਫੜੇ ਜਾਣ, ਮਾਹੌਲ ਜਾਂ ਨਹੀਂ ਵੀ ਜ਼ਿਆਦਾ ਜਾਣਕਾਰੀ ਦਿੱਤੀ ਜਾ ਸਕੇ। ਉਹਨਾਂ ਦੇ ਬ੍ਰਦਰ ਤੋਂ ਜਾਣਕਾਰੀ ਦੁਬਾਰਾ ਤੋਂ ਫਿਰ ਉਹ ਜਾਣਕਾਰੀ ਦੇ ਰਿਹਾ ਪੱਤਰਕਾਰਾਂ ਨੂੰ, ਫਿਰ ਰੂਬਰੂ ਕਰਵਾ ਦਈਏ। ਮੇਰੇ ਡੈਡੀ ਨੂੰ ਧਮਕੀ ਦਿੰਦਾ ਕਹਿੰਦਾ ਅਸੀਂ ਵੱਢ ਕੇ ਸੱਟਾਂ, ਕਹਿੰਦਾ ਆਪਣੇ ਮੁੰਡਿਆਂ ਨੂੰ ਕਹਿੰਦਾ। ਉਹ ਮੇਰੇ ਡੈਡੀ ਜੀ ਬੈਠੇ ਉੱਥੇ ਗਏ ਸੀ ਕੇਵਲਾ ਦਾ ਭਰਾ ਦਾ ਚਾਚਾ, ਮਤਲਬ ਜੋ ਉਹਨਾਂ ਨੇ ਕਿਹਾ ਉਹ ਕਰਤਾ। ਹਾਂਜੀ, ਜਿਹੜਾ ਕੁਛ ਇਹਨਾਂ ਨੇ ਕਿਹਾ ਉਹਨੂੰ ਕਰਤਾ ਵੀ। ਹੁਣ ਜੇ ਪੁਲਿਸ ਕਾਰਵਾਈ ਨਹੀਂ ਕਰਦਾ, ਪ੍ਰਸ਼ਾਸਨ ਤਾਂ ਅਸੀਂ ਕਾਰਵਾਈ ਕਰਾਂਗੇ ਫਿਰ ਇਹਨਾਂ ਤੇ। ਜਿਹੜਾ ਕੁਛ ਇਹਨਾਂ ਨੇ ਕਿਹਾ ਮੇਰੇ ਡੈਡੀ ਨੂੰ ਧਮਕੀ ਦੇ ਕੇ ਗਏ ਨੇ। ਉਹ ਬੈਠੇ ਮੇਰੇ ਡੈਡੀ ਸ਼੍ਰੀ ਰਤਨ ਲਾਲ ਜੀ, ਉਹਨਾਂ ਨੂੰ ਕਹਿੰਦੇ ਸੀਗੇ ਅਸੀਂ ਵੀ ਕੇਵਲ ਕਹਿੰਦਾ ਸੀ ਮਾਰਦੇ ਹੀ ਹੈ ਉਹਨਾਂ ਨੂੰ, ਜਾਨੋ ਮਾਰਤਾ ਆ ਜਾ। ਰਤਨ ਜੀ ਤੁਸੀਂ ਕੀ ਲੱਗਦੇ ਹੋ? ਮੈਂ ਜੀ ਉਹ ਜਾਂਦਾ ਪਿਆ ਸੀ ਗੰਗਾ ਨਗਰ, ਮੇਰਾ ਆਪਰੇਸ਼ਨ ਹੈਗਾ ਸੀ ਮਰਗਾ ਜੀ ਟੱਪਰ ਕਰੇ ਕੇਬਲ ਦੇ ਉੱਤੇ ਤੰਗਾ, ਅਤੇ ਕਹਿੰਦਾ ਉਹਨਾਂ ਨੂੰ ਲਿਆ ਦਿਓ ਨਹੀਂ ਤਾਂ ਉਹਨਾਂ ਨੂੰ ਛੱਡਦੇ ਨਹੀਂ, ਅਸੀਂ ਵੱਢਾਂਗੇ, ਵੱਢ ਕੇ ਸੁੱਟਾਂਗੇ ਅਸੀਂ। ਇਹ ਗੱਲ ਕੇਬਲ ਨੇ ਮੈਨੂੰ ਕਹੀ ਹੈ। ਅੱਜ ਉਹੀ ਕਰਤਾ ਉਹਨਾਂ ਨੇ? ਹਾਂਜੀ, ਅੱਜ ਉਹਨਾਂ ਨੇ ਕਰਕੇ ਦਿਖਾਤਾ। ਕਤਲ ਹੁਣ ਉਹਨਾਂ ਨੇ ਕਿਉਂ ਕੀਤਾ, ਕਾਰਨ ਕੀ ਹੈ ਕਤਲ ਕਰਨ? ਕਾਰਨ ਨੇ ਮੁੰਡਾ ਕੁੜੀ ਬੱਚੇ ਸੀ ਇਸ ਕਰਕੇ ਕੀਤਾ, ਅਤੇ ਇਹਨਾਂ ਨੇ ਵਿਆਹ ਕਰ ਲਿਆ ਸੀ ਕੋਰਟ ਮੈਰਿਜ ਕਰ ਲਿਆ ਸੀ, ਉਸ ਦੇ ਬਾਵਜੂਦ ਵੀ ਇਹਨਾਂ ਨੇ ਵੜਤਾ। ਤੁਹਾਡਾ ਬੇਟਾ ਸੀ ਜਾਂ? ਇਹ ਮੇਰਾ ਭਤੀਜਾ, ਛੋਟੇ ਭਾਈ ਦਾ ਮੁੰਡਾ ਹੈਗਾ। ਠੀਕ ਹੈ, ਉਹ ਕਿੱਥੇ ਨੇ? ਤੁਹਾਡੇ ਬ੍ਰਦਰ ਕਿੱਥੇ? ਉਹ ਗੁਜ਼ਰ ਗਈ ਉਹ ਕਤਲ ਨਾਲ ਨਹੀਂ ਹੈਗਾ ਜੀ। ਨਹੀਂ, ਇਹਨਾਂ ਨੂੰ ਮਾਰਿਆ ਕਾਹਦੇ ਨਾਲ ਹੈ? ਇਹ ਨਹੀਂ ਹੈ, ਦੇਖਣ ਨਹੀਂ ਦਿੱਤਾ ਜੀ ਸਾਨੂੰ। ਠੀਕ ਹੈ, ਪੁਲਿਸ ਨੇ ਠੀਕ ਕੋਲੇ ਜਾ ਕੇ ਦੇਖਦੇ ਤਾਂ ਪਤਾ ਲੱਗਦਾ ਵੀ ਗੋਲੀ ਮਾਰੀ ਹੈ, ਕਾਪਾ ਮਾਰਿਆ, ਕੀ ਮਾਰਿਆ। ਠੀਕ ਹੈ, ਹੁਣੇ ਨਹੀਂ ਪਤਾ ਹੈ, ਇਹ ਤਾਂ ਹੁਣ ਪੁਲਿਸ ਵਾਲੇ ਦੱਸ ਸਕਦੇ ਇਸ ਚੀਜ਼ ਵਾਲੇ। ਠੀਕ, ਕੀ ਮੰਗ ਕੀ ਕਰਦੇ ਹੋ ਤੁਸੀਂ ਪੁਲਿਸ ਤੋਂ? ਅਸੀਂ ਮੰਗ, ਅਸੀਂ ਚੱਕਣ ਨਹੀਂ ਦੇਣਾ ਇੱਥੋਂ, ਲਾਸ਼ ਨਹੀਂ ਚੱਕਣ ਦੇਣੀ ਜਦੋਂ ਤੱਕ ਇੱਥੇ ਸਾਰੇ ਬੰਦੇ ਗ੍ਰਿਫਤਾਰ ਨਹੀਂ ਹੁੰਦੇ। ਠੀਕ, ਉਹ ਤਾਂ ਅਸੀਂ ਲਾਸ਼ਾਂ ਨਹੀਂ ਇੱਥੋਂ ਚੱਕਣ ਦੇਣੀ। ਇਹਨਾਂ ਦੋਵਾਂ ਦਾ ਨਾਂ ਕੀ ਹੈ ਮ੍ਰਿਤਕਾਂ ਦਾ? ਨਾਂ ਕੀ ਕਹਿੰਦਾ? ਕੁੜੀ ਦਾ, ਕੁੜੀ ਦਾ, ਕੁੜੀ ਦਾ ਸੁਮਨ, ਰੋਤਾਸ਼ ਅਤੇ ਸੁਮਨ, ਕੁੜੀ ਦਾ ਨਾਂ ਸੁਮਨ ਹੈ। ਠੀਕ, ਹਾਂਜੀ, ਅਤੇ ਮਾਤਾ ਹੈਗੀ ਲੜਕੇ ਦੀ? ਮਾਤਾ ਹੈਗੀ ਜੀ। ਮਾਤਾ ਨਾਮ ਕਿਆ ਆਪਕਾ? ਤੁਹਾਨੂੰ ਪਤਾ ਸੀਗਾ ਵੀ ਇਸ ਤਰ੍ਹਾਂ ਲੜਕੇ ਦਾ ਅਫੇਅਰ ਚੱਲ ਰਿਹਾ ਤੇ ਉਹਨੂੰ ਕੋਈ ਧਮਕੀਆਂ ਧਮਕੀਆਂ ਮਿਲ ਰਹੀਆਂ? ਧਮਕੀਆਂ ਇਹਨਾਂ ਨੇ ਜਦੋਂ ਇਹ ਚੱਲੇ ਗਏ ਦੋਨੇ ਉਦੋਂ ਸਾਨੂੰ ਧਮਕੀਆਂ ਦਿੰਦੇ ਸੀ, ਕਹਿੰਦੇ ਅਸੀਂ ਮਾਰਾਂਗੇ ਸਾਰਿਆਂ ਨੂੰ, ਮਾਰਾਂਗੇ ਫਿਰ ਸੁੱਟਾਂਗੇ ਵੱਢ ਕੇ। ਇਹਨਾਂ ਨੇ ਉਹੀ ਕਰਤਾ, ਵੱਢ ਕੇ ਸੁੱਟਤਾ ਇਹਨਾਂ ਨੇ ਆਪਣੀ ਕੁੜੀ ਨੂੰ, ਤਾਂ ਸੰਭਾਲਿਆ ਨਹੀਂ। ਮੰਗ ਕੀ ਕਰਦੇ ਹੋ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਾਰਿਆਂ ਨੂੰ ਇਹ ਕੰਮ ਕਰੋ ਜਿਹੜਾ ਸਾਡਿਆਂ ਨਾਲ ਕੀਤਾ। ਕਿੰਨੇ ਮੁੰਡੇ ਸੀਗੇ ਤੁਹਾਡੇ? ਮੇਰੇ ਤਿੰਨ ਮੁੰਡੇ ਸੀ, ਬੰਦਾ ਮੇਰੇ ਸਿਰ ਤੇ ਨਹੀਂ, ਬੰਦਾ ਮੇਰਾ ਕਦੋਂ ਮਰ ਗਿਆ, 3 ਸਾਲ ਹੋ ਗਏ ਬੰਦਾ ਗੁਜ਼ਰਿਆ ਹੋਇਆ ਮੇਰਾ। ਇਹ ਮੁੰਡਾ ਕਿੰਨਵਾਂ ਸੀਗਾ, ਛੋਟਾ ਸੀ ਵੱਡਾ ਸੀ? ਮਤਲਬ ਸਾਰਿਆਂ ਤੋਂ ਛੋਟਾ ਹੈ ਮੁੰਡਾ ਮੇਰਾ, ਇਹ ਕੱਲਾ ਮੁੰਡੇ ਦਾ। ਲਾਸਟ ਵਾਰੀ ਕਦੋਂ ਗੱਲ ਹੋਈ ਸੀ ਮੁੰਡੇ ਨਾਲ? ਕੋਈ ਲਾਸਟ ਵਾਰੀ ਕੋਈ ਗੱਲ ਹੋਈ ਹੋਵੇ, ਕੁਝ ਦੱਸਿਆ ਹੋਵੇ ਉਹਨੂੰ, ਕੋਈ ਡਰ ਹੋਵੇ ਜਾਂ ਕਿਸੇ ਚੀਜ਼ ਦਾ ਕੋਈ ਧਮਕੀ ਮਿਲਦੀ ਹੋਵੇ? ਗੱਲ ਹੋਈ ਸੀ ਕੋਈ? ਨਹੀਂ ਹੋਈ, ਮੇਰੀ ਗੱਲ ਪਤਾ ਹੀ ਨਹੀਂ ਸਾਨੂੰ ਕਿੱਥੋਂ ਲਿਆਂਦਾ ਇਹਨਾਂ ਨੇ, ਕਿੱਥੋਂ ਨਹੀਂ। ਸਾਨੂੰ ਤਾਂ ਇਹੀ ਚਾਹੀਦਾ, ਇਹਨਾਂ ਨੇ ਸਾਰਿਆਂ ਨੇ ਸਲਾਹ ਕਰਕੇ ਸਾਨੂੰ, ਹੁਣ ਸਾਰਿਆਂ ਨੂੰ ਕਹਿੰਦੇ ਆ ਵੱਢਣ ਨੂੰ, ਕਹਿੰਦੇ ਸਾਰਿਆਂ ਨੂੰ ਮਾਰ ਕੇ ਸਿੱਟਾਂਗੇ, ਦੋ ਤਾਂ ਮਾਰਦੇ ਅਜੇ, ਬਾਕੀਆਂ ਨੂੰ ਵੀ ਕਹਿੰਦੇ ਵੀ ਬਾਕੀਆਂ ਨੂੰ ਜਿਹੜੇ ਬਖਸ਼ੀ ਪਰਿਵਾਰ ਦੇ ਹੈਗੇ ਆ ਕਹਿੰਦੇ ਉਹਨਾਂ ਨੂੰ ਵੀ ਵੱਢਾਂਗੇ, ਪਰਿਵਾਰ ਛੱਡਦੇ ਨਹੀਂ, ਮਰਨ ਸਾਰੇ ਇਹਨਾਂ ਦਾ ਇਹ ਕਹਿਣਾ ਹੈਗਾ।
ਸਾਰਾ ਸਾਡਾ ਚਾਰ ਘਰ ਹੈਗੇ ਸਾਡੇ ਵੱਡੇ ਚਾਰਾਂ ਘਰਾਂ ਚੋਂ ਕਹਿੰਦੇ ਸਾਰਿਆਂ ਨੂੰ ਵੱਡਾ ਕੇ ਸੁੱਟਿਆ ਇਹ ਇਹਨਾਂ ਦਾ ਕਹਿਣਾ ਹੈਗਾ ਮੱਲ ਹੈਗੇ ਇਸ ਕਰਕੇ ਮੱਲਗਿਰੀ ਦਿਖਾਉਂਦੇ ਥੋੜ੍ਹੀ ਜਿਹੀ ਆਪਸ ਦੇ ਵਿਚ ਦੋਨੋ ਰਾਜੀ ਸੀਗੇ ਠੀਕ ਹੈ ਕੁੜੀ ਨੇ ਆਪਦੇ ਘਰੇ ਦੱਸਿਆ ਹੋਇਆ ਸੀਗਾ ਮੈਂ ਉਸ ਮੁੰਡੇ ਨਾਲ ਵਿਆਹ ਕਰਵਾਉਣਾ ਲੇਕਿਨ ਉਹ ਖਿਲਾਫ ਸੀ ਇਸ ਚੀਜ਼ ਦੇ ਦੋਨਾਂ ਨੇ ਰਾਜੀ ਮਤੇ ਨਾਲ ਜਾ ਕੇ ਉਹਦਾ ਕੋਰਟ ਮੈਰਿਜ ਕਰਵਾ ਲਈ ਇੱਕ ਤਰੀਕ ਨੂੰ ਇਹਨਾਂ ਦਾ ਕੋਰਟ ਮੈਰਿਜ ਹੋਈ ਹੈ ਜੀ ਠੀਕ ਹੈ ਉਸ ਤੋਂ ਬਾਅਦ ਇਹ ਸਾਡੀ ਰਿਸ਼ਤੇਦਾਰੀ 'ਚ ਰਹਿੰਦੇ ਸੀ ਜਾ ਕੇ ਅੱਜ ਇਹਨਾਂ ਨੇ ਸੁਬਹਾ ਜਾ ਕੇ ਇਹਨਾਂ ਨੂੰ ਜ਼ਿਲ੍ਹਾ ਮੋਗਾ ਪਿੰਡ ਰੌਂਤਾ ਉੱਥੇ ਮੇਰੇ ਭੈਣ ਅਤੇ ਭਣੋਈਆ ਰਹਿੰਦੇ ਜੀ ਉਹਨਾਂ ਦੇ ਘਰੇ ਸੀਗੇ ਉੱਥੋਂ ਜਾ ਕੇ 25-30 ਬੰਦੇ ਗਏ ਹੈ ਜਾ ਕੇ ਇਹਨਾਂ ਨੂੰ ਗੱਡੀ ਦੇ ਵਿੱਚ ਲਿਆਏ ਹੈ ਚੱਕ ਕੇ ਅਤੇ ਗੱਡੀ ਦਾ ਨੰਬਰ ਹੈਗਾ ਜੀ ਗੱਡੀ ਨੰਬਰ ਨਿਕਲਿਆ ਉਹਨਾਂ ਦਾ ਰੁਕੋ ਜੀ ਗੱਡੀ ਨੰਬਰ ਦੱਸਦਾ ਮੈਂ ਗੱਡੀ ਨੰਬਰ ਹੈਗਾ PV15WU2501 ਇਹ ਗੱਡੀ ਨੰਬਰ ਹੈ ਜੀ ਇਸ ਗੱਡੀ ਦੇ ਵਿੱਚ ਚੱਕ ਕੇ ਲਏ ਦੋਨਾਂ ਨੂੰ ਅਤੇ ਸੱਪਾਂ ਵਾਲੀ ਦੇ ਵਿੱਚ ਅੱਜ ਦੋਨਾਂ ਦੀਆਂ ਲਾਸ਼ਾਂ ਪਈਆਂ ਸਾਨੂੰ ਇਨਸਾਫ ਚਾਹੀਦਾ ਇਸ ਚੀਜ਼ ਦਾ ਜਦੋਂ ਤੱਕ ਬੰਦੇ ਅਰੈਸਟ ਨਹੀਂ ਹੁੰਦੇ ਇਹ ਲਾਸ਼ਾਂ ਇੱਥੋਂ ਨਹੀਂ ਜਾਣੀਆਂ ਚਾਹੀਦੀਆਂ ਜੀ ਦੋਨਾਂ ਦੀਆਂ ਸਾਨੂੰ ਬੰਦੇ ਅੱਜ ਹੀ ਇੱਥੇ ਪੇਸ਼ ਚਾਹੀਦੇ ਹੈ ਜੀ ਬੰਦੇ ਨਹੀਂ ਮਿਲਦੇ ਬੁੜੀਆਂ ਨੂੰ ਬੰਦੇ ਨਹੀਂ ਮਿਲਦੇ ਉਹਨਾਂ ਦੀਆਂ ਘਰ ਦੀਆਂ ਬੁੜੀਆਂ ਨੂੰ ਲਿਆਓ ਜੀ ਇੱਥੇ ਇਹਨਾਂ ਨੇ ਪੂਰੇ ਪਿੰਡ ਨੂੰ ਇਹਨਾਂ ਨੇ ਸਾਰਿਆਂ ਨੂੰ ਇਹਨਾਂ ਨੇ ਭੈਣ ਚੋਂ ਪਰੇਸ਼ਾਨ ਕਰ ਰੱਖਿਆ ਜੀ ਸਾਰਿਆਂ ਨੂੰ ਇਹ ਆਤਮਾ ਰਾਮ ਨੇ ਸਭ ਤੋਂ ਜ਼ਿਆਦਾ ਪੂਰੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਰੇਸ਼ਾਨ ਕਰ ਫੈਲਾ ਰੱਖਿਆ ਹੋਣਾ ਆਤੰਕ ਆਪਦਾ ਪੋਲੀਟਿਕਸ ਦੀ ਪੈਸੇ ਦੀ ਪਾਵਰ ਦਿਖਾ ਕੇ ਸਿਰਫ ਕੀ ਹੈ ਸਾਡੇ ਕੋਲ ਨਾ ਪੋਲੀਟਿਕਸ ਹੈ ਨਾ ਪੈਸਾ ਇਸ ਵਾਸਤੇ ਮੇਰੇ ਭਰਾ ਨੂੰ ਅਤੇ ਅੱਜ ਉਹਦੀ ਵਾਈਫ ਨੂੰ ਮਾਰਤਾ ਇਹਨਾਂ ਨੇ ਠੀਕ ਹੈ ਪੁਲਿਸ ਤੋਂ ਇਹੀ ਮੰਗ ਹੈ ਵੀ ਪੁਲਿਸ ਤੋਂ ਸਾਨੂੰ ਇਹੀ ਮੰਗ ਹੈ ਉਹ ਬੰਦੇ ਇੱਥੇ ਪੇਸ਼ ਹੋਣੇ ਚਾਹੀਦੇ ਹੈ ਵੀ ਇਹਨਾਂ ਦੀ ਡੈੱਡ ਬੋਡੀ ਹੈ ਇਹਨੂੰ ਲੈ ਜਾਣ ਅਤੇ ਬੰਦੇ ਅਰੈਸਟ ਹੋਣ ਅਤੇ ਜਿੰਨੀ ਵੱਧ ਤੋਂ ਵੱਧ ਸਜ਼ਾ ਹੋ ਸਕੇ ਉਹਨਾਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਸਾਰੇ ਬੰਦੇ ਠੀਕ ਦੋਸਤੋ ਪਰਿਵਾਰ ਨੂੰ ਵੀ ਤੁਸੀਂ ਸੁਣਿਆ ਨਹੀਂ ਵਿਖਾ ਸਕਦੇ ਬਲੌਕ ਕਰਦੇ ਕਿੱਥੇ ਲਿੰਕ ਫੋਟੋਆਂ ਕਰਨੀਆਂ ਮੈਂ ਜਲਦੀ ਕਰ ਦੂੰ ਫੋਟੋ ਕਰ ਲਾਂ ਪਹਿਲਾਂ ਫਿਰ ਉਹ ਲਿੰਕ ਆਏਗਾ ਦੋ ਮਿੰਟ ਬਾਅਦ ਆਏਗਾ ਅਤੇ ਇਸ ਵਕਤ ਦੋਸਤੋ ਮ੍ਰਿਤਕਾਂ ਨੂੰ ਦਿਖਾਇਆ ਜਾ ਰਿਹਾ ਬਟ ਫੇਸਬੁੱਕ ਦੀ ਗਾਈਡਲਾਈਨ ਮੁਤਾਬਿਕ ਨਹੀਂ ਦਿਖਾ ਸਕਦਾ ਮੈਂ ਸੋਰੀ ਉਸ ਲਈ ਲੇਕਿਨ ਤੁਸੀਂ ਪਿੰਡ ਵੇਖ ਰਹੇ ਹੋ ਸਾਰਾ ਪਿੰਡ ਇਸ ਵਕਤ ਲਾਸ਼ਾਂ ਨੂੰ ਵੇਖ ਰਿਹਾ ਲੜਕੇ ਦੀ ਮਾਤਾ ਮੌਕੇ ਦੇ ਵੇਖਣ ਪਹੁੰਚ ਰਹੀ ਦੇਖ ਲਿਆ ਤੂੰ ਕਰੇ ਜਾ ਕੁਛ ਨਹੀਂ ਹੁੰਦਾ ਠੀਕ ਹੈ ਤੂੰ ਕਰੇ ਜਾ ਖਾ ਦੇ ਜਦੋਂ ਤੱਕ ਬੰਦੇ ਨਹੀਂ ਫੜੇਂਦੇ ਨਾ ਉਦੋਂ ਤੱਕ ਬੰਦੇ ਨਹੀਂ ਜਾਂਦੇ ਇਹ ਦੋ ਮਰੇ ਨਾ ਇਹਨਾਂ ਦੇ ਪਤਾ ਨਹੀਂ ਕਿੰਨੇ ਮਰਨਗੇ ਇੱਥੇ ਕੱਟ ਦੋ
अज पूरे पिंड दहशत का माहौल है। दोस्तों फिर मिलते हैं किसी होर नवी अपडेट के नाल। तुसी बने रहो उद्यान एक्सप्रैस के नाल, वेखते रहो उद्यान एक्सप्रैस। लेटेस्ट अपडेट लिए साढ़े पेज में फॉलो तो लाइक करना बिल्कुल ना भुलना। सारे दोस्तों का बहुत बहुत धन्यवाद।